ਅੰਮ੍ਰਿਤਸਰ ਦੇ ਪਿੰਡ ਪਗਨਾ ਵਿੱਚ ਜ਼ਮੀਨੀ ਵਿਵਾਦ 'ਚ ਗੋਲੀ ਚੱਲਣ ਨਾਲ 4 ਲੋਕ ਗੰਭੀਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਮੌਕੇ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਦੋਸ਼ੀਆਂ ਦੀ ਤਲਾਸ਼ ਦੇ ਲਈ ਛਾਪੇਮਾਰੀ ਸ਼ੁਰੂ ਕੀਤੀ ਹੈ। ਇਸ ਮੌਕੇ 'ਤੇ ਵੱਖ ਵੱਖ ਪੀੜਿਤ ਅਤੇ ਜਾਂਚ ਅਧਿਕਾਰੀ ਗੁਰਦੀਪ ਸਿੰਘ ਨੇ ਕਿਹਾ, ਮਾਮਲਾ ਜਿੰਨਾ ਕੁ ਮੈਨੂੰ ਜਾਣਕਾਰੀ ਹੋਏ ਹੈਗਾ ਵੀ ਇਹ ਦੋ ਪਾਰਟੀਆਂ ਨੇ, ਇੱਕ ਪਾਰਟੀ ਹੈਗੀ ਆ ਸਤਨਾਮ ਸਿੰਘ ਪਾਰਟੀ, ਇੱਕ ਸੁਖਜਿੰਦਰ ਸਿੰਘ ਪਾਰਟੀ ਹੈ। ਇਹਨਾਂ ਦਾ ਕਾਫੀ ਸਾਲਾਂ ਤੋਂ ਲਿਟੀਗੇਸ਼ਨ ਸੀਗਾ ਜ਼ਮੀਨ ਦਾ, 3.5 ਕਿੱਲੇ ਦਾ। ਉਹਦੇ ਬਾਅਦ ਇਹਨਾਂ ਦਾ ਲੋਅਰ ਕੋਰਟ, ਸੈਸ਼ਨ ਕੋਰਟ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਚਲਾ ਗਿਆ। ਹਾਈ ਕੋਰਟ ਤੋਂ ਕੱਲ੍ਹ ਪਤਾ ਲੱਗਿਆ ਵੀ ਇਹਨਾਂ ਦੇ ਹੱਕ 'ਚ ਜਨਵਰੀ ਦੇ ਵਿੱਚ ਆਰਡਰ ਹੋ ਗਿਆ ਸੀ, ਅਤੇ ਉਸ ਸੰਬੰਧ ਵਿੱਚ ਇਹਨਾਂ ਦਾ ਆਲਰੇਡੀ ਲਿਟੀਗੇਸ਼ਨ ਪੈਂਡਿੰਗ ਵੀ ਸੀ ਥਾਣੇ ਦੇ ਵਿੱਚ, ਅਤੇ ਅੱਜ ਇਹਨਾਂ ਦਾ ਸੁਬਹਾ ਇਹ ਝਗੜਾ ਹੋ ਗਿਆ। ਬਾਕੀ ਉਹ ਸਾਰਾ ਵੈਰੀਫਾਈ ਕਰ ਰਹੇ ਹਾਂ। ਉਹ ਮੈਂ ਚੈੱਕ ਕਰ ਲੈਣਾ, ਇਹ ਕੱਲ੍ਹ ਮੈਨੂੰ ਇੱਕ ਇਹਨਾਂ 'ਚੋਂ ਇੱਕ ਮੋਹਤਬਰ ਬੰਦੇ ਕੱਲ੍ਹ ਮੈਨੂੰ ਮਿਲੇ ਵੀ ਸੀ ਖਾਸੇ ਚੌਂਕੀ ਦੇ ਵਿੱਚ। ਉਦੋਂ ਮੈਂ ਇਹਨਾਂ ਨੂੰ ਰੈਫਰ ਕੀਤਾ ਵੀ ਪੁਲਿਸ ਸਟੇਸ਼ਨ ਵੀ ਤੁਸੀਂ ਜਾਓ, ਇਹਨਾਂ ਨੂੰ ਐਸਆਈ ਤਰਸੇਮ ਸਿੰਘ ਨੂੰ ਫੇਸ ਟੂ ਫੇਸ ਮਿਲਾ ਵੀ ਦਿੱਤਾ ਸੀ। ਉਹਦਾ ਇਹ ਨਾ ਐਕਚੁਲੀ ਇਹ ਪੁਲਿਸ ਮੁਲਾਜ਼ਮ ਜਿਹੜੇ ਕਹਿ ਰਹੇ ਹੋ, ਮੈਨੂੰ ਪਤਾ ਵੀ ਹੋਣ ਹੀ ਲੱਗਾ ਇਹਨਾਂ ਤੋਂ ਹੀ ਲੱਗਾ, ਅਦਰਵਾਈਜ਼ ਸਾਨੂੰ ਤਾਂ ਪਤਾ ਵੀ ਨਹੀਂ ਹੈਗਾ ਵੀ ਉਹਦੇ ਕੋਈ ਰਿਲੇਟਿਵ ਜਾਂ ਕੋਈ ਰਿਸ਼ਤੇਦਾਰ ਹੈਗਾ। 1, 2, 3, 4 ਜ਼ਖਮੀ ਹੋਏ ਨੇ। ਪਹਿਲੇ ਨਾਲ ਜੀ ਜ਼ਮੀਨ ਦਾ ਝਗੜਾ ਸੀਗਾ, ਅੱਗੇ ਚੱਲਦਾ ਜ਼ਮੀਨ ਦਾ, ਅਤੇ ਇਹਨਾਂ ਕੰਪਲੇਂਟ ਵੀ 22-23 ਨੂੰ ਲਿਖਾਈ ਥਾਣੇ ਢਿੰਡੇ ਵਿਜੇ ਕੁਮਾਰ ਕੋਲ, ਅਤੇ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ। ਹੁਣ ਆਣ ਕੇ ਤਾਂ ਦੱਸਦੇ ਮੈਂ ਤਾਂ ਘਰ ਹਾਂ ਆਪਣੇ, ਅਤੇ ਇਹ ਜ਼ਖਮੀ ਹੋਇਆ ਉੱਥੋਂ ਚੁੱਕ ਕੇ ਲਿਆਏ, ਅਤੇ ਮੈਨੂੰ ਆਉਂਦੇ ਵੀ ਗੱਡੀ ਕੱਢੋ ਅਤੇ ਆਪਾਂ ਹਸਪਤਾਲ ਖੜ੍ਹਨਾ, ਅਤੇ ਉਹਨੇ ਜਿਹੜੇ 'ਚ ਇਹਨਾਂ ਨੇ ਵਾਹਵਾ 4-5 ਜਣਿਆਂ ਨੂੰ ਜ਼ਖਮੀ ਕਰਤਾ, ਦੱਸਦੇ ਉਹਨੇ ਗੋਲੀਆਂ ਚਲਾਤੀਆਂ ਗਾੜੀ, ਇਹ ਗਏ ਉੱਥੇ ਫੇਰਾ ਮਾਰਨ ਆਪਣੀ ਜ਼ਮੀਨ ਨੂੰ। ਕਿੰਨੇ ਬੰਦਿਆਂ ਨੂੰ ਕਿੰਨੀਆਂ ਗੋਲੀਆਂ ਵੱਜੀਆਂ? ਇਹ ਇੱਕ ਦੇ 3 ਲੱਗੀਆਂ, ਇੱਕ ਦੇ 4 ਲੱਗੀਆਂ, ਇੱਕ ਦੇ 2 ਲੱਗੀਆਂ, ਵਾਹਵਾ 7-8 ਗੋਲੀਆਂ ਲੱਗੀਆਂ। ਉੱਥੇ ਦੱਸਦੇ ਵੀ ਅਸੀਂ ਤਾਂ ਕੋਲ ਮੌਜੂਦਾ ਕੋਲ ਨਹੀਂ ਹਾਂ, ਉਹ ਘਰ ਹਾਂ ਮੈਂ ਆਪਣੇ, ਅਤੇ ਉਹਨਾਂ ਆਣ ਕੇ ਦੱਸਿਆ ਵੀ ਉਹਨੇ ਘੱਟ ਤੋਂ 20 ਗੋਲੀਆਂ ਚਲਾਤੀਆਂ ਸੀ। ਅਕਬਾਲ ਸਿੰਘ, ਅਰੇ ਅਸੀਂ ਪੈੜੀ 'ਤੇ ਝਗੜਾ ਸੀ, ਅਸੀਂ ਮੈਂ ਸੜਕ 'ਤੇ ਤੁਰਿਆ ਜਾਂਦੇ ਹਾਂ, ਅਤੇ ਉੱਥੇ ਸੜਕ ਦੇ ਵਿੱਚ ਖਲੋਤਾ, ਅਤੇ ਗੱਡੀ 'ਚੋਂ ਆਏ ਉੱਧਰ ਉਹ ਦੂਜੀ ਪਾਰਟੀ ਵਾਲੇ, ਉਹ ਨਾ ਸੁਖਦੇਵ ਸਿੰਘ, ਅਤੇ ਇੱਕ ਸੁੱਖਾ, ਅਤੇ ਇੱਕ ਉਹ ਦੂਜੇ ਨਾਂ ਦਾ ਨਹੀਂ ਪਤਾ, ਸਾਬਾ ਸੀ, ਇੱਕ ਧਰਮ, ਇੱਕ ਦੂਜਾ ਕੀ ਉਹਦਾ ਨਾਮ, ਧਰਮ ਦਾ ਮੁੰਡਾ ਜੀ, ਗੁਰਮੇਰ ਸਿੰਘ ਗਿੱਜਾ, ਗਿੱਜਾ ਉੱਥੇ ਖਲੋਤੇ, ਅਤੇ ਇਹਨਾਂ ਕੋਲ ਦਾਤਰ ਸੀ, ਅਤੇ ਇਹਨਾਂ ਨਿਕਲ ਕੇ ਸਾਰੀ ਇੱਕ ਨਾਲ ਪਿਸਤੌਲ ਕੱਢਿਆ, ਅਤੇ ਨਾਲ ਇਹਨਾਂ ਦਾਤਰ ਕੱਢ ਕੇ ਮੇਰੇ ਹੱਥ 'ਤੇ ਮਾਰਿਆ ਨਾ, ਮੈਂ ਉੱਥੇ ਇਕੱਲਾ ਖਲੋਤਾ, ਅਤੇ ਬਾਕੀ ਬੰਦੇ ਪਰਾਂ ਖਲੋਤੇ ਸੀ ਨਾਲ ਸਾਰੇ, ਅਤੇ ਉੱਥੇ ਹੀ ਪੁਲਿਸ ਵਾਲੇ ਗਏ ਸੀ, ਉਹਨਾਂ ਸਾਡੇ ਬੰਦੇ ਨੂੰ ਫੜ ਫੜ ਪੁਲਿਸ ਵਾਲਿਆਂ ਨੂੰ ਫੜਾਈ ਜਾਂਦੇ ਸੀ, ਅਤੇ ਉਹਨਾਂ ਦਾ ਕੋਈ ਨਹੀਂ ਫੜਿਆ, ਉਹ ਸਾਹਮਣੇ ਜਿਹਨੇ ਗੋਲੀਆਂ ਚਲਾਈਆਂ ਨਾਲੇ ਮਾਰੀਆਂ, ਅਤੇ ਉਹ ਮੌਕੇ 'ਤੇ ਸਾਰੇ ਹਾਂ ਨਾ ਉਸੇ ਸਾਹਮਣੇ ਚਲੀ, ਹਾਂ ਉਹ ਮੁੜ ਕੇ ਉਹਨਾਂ ਗੋਲੀਆਂ ਚਲਾਈਆਂ, ਅਤੇ ਉਹਨਾਂ ਸਾਡੇ ਬੰਦੇ ਨੂੰ 2-2 ਗੋਲੀਆਂ ਲੱਗੀਆਂ। ਕਿੰਨੇ ਬੰਦਿਆਂ ਨੂੰ ਤੁਹਾਡੇ ਗੋਲੀਆਂ ਲੱਗੀਆਂ? 3 ਬੰਦਿਆਂ ਨੂੰ। ਤੁਸੀਂ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਵੱਲੋਂ? ਮੰਗ ਕੀ ਕਰਦੇ ਵੀ ਸਾਡਾ ਇਹ ਸਾਨੂੰ ਇਹ ਧੱਕੇਸ਼ਾਹੀ ਕੀਤੀ ਆ, ਉਹਨਾਂ ਦੀ ਭੈਣ ਉਹ ਉਸ ਦੇ ਵਿੱਚ ਆ, ਅਤੇ ਸਭ ਕੋਲ ਕਾਰਵਾਈ ਉਹ ਕਰਾਉਂਦੇ ਜੀ, ਸਾਰੇ ਕੋਲ ਜੋ ਕਰਾਉਂਦੇ ਉਹਨਾਂ ਬਲਵਿੰਦਰ ਕੋਲ। ਕਿੱਥੇ ਲੱਗੀ ਆ? ਕੌਣ ਹੈ ਉਹ ਬੰਦੇ? ਕੌਣ ਹੈ ਉਹ? ਸੁੱਖੇ ਦੀ ਭੈਣ ਹੈ ਜੀ। ਕੌਣ ਹੈ? ਕੋਈ ਲੀਡਰ ਨਾਲ ਸੰਬੰਧ ਰੱਖਦੇ ਹੋ? ਹਾਂਜੀ। ਕੋਈ ਲੀਡਰ ਨਾਲ ਸੰਬੰਧ ਰੱਖਦੇ ਹੋ? ਨਹੀਂ ਨਾ ਅਸੀਂ ਤਾਂ ਉਤਰਾ ਹੀ ਵੀ ਵਾਹੀ ਵਾਲੇ ਬੰਦੇ ਅਸੀਂ, ਭੈਣ ਉਸੇ ਚੋਂ ਜੀ। ਕਿੰਨੀ ਭੈਣ ਪੁਲਿਸ ਹੈਗੀ ਆ? ਹਾਂਜੀ। ਕਿੰਨੀ ਭੈਣ ਪੁਲਿਸ ਹੈਗੀ? ਸੁੱਖੇ ਦੀ, ਸਾਬੇ ਦੀ। ਜਿਹਨੇ ਤੁਹਾਡੇ ਗੋਲੀਆਂ ਮਾਰੀਆਂ? ਹਾਂਜੀ। ਕਿੱਥੇ ਡਿਊਟੀ ਕਰਦੀ? ਫਲੋਰ। ਠੀਕ ਹੈ ਜੀ। ਹਾਂ।